ਅਸਲਾਮ ਅਲੈਕਮ ਕੀ ਹਾਲ ਹੈ ਸਭ ਦੋਸਤਾਂ ਦਾ ਉਮੀਦ ਕਰਨਾ ਤੁਸੀਂ ਸਾਰੇ ਜਨਾਬ ਠੀਕ ਹੋਵੋਗੇ ਔਰ ਮੈਂ ਵੀ ਅੱਲਾ ਦੇ ਫਜ਼ਲੋ ਕਰਮ ਨਾਲ ਬਿਲਕੁਲ ਠੀਕ ਠਾਕ ਹਾਂ ਔਰ ਤੁਹਾਡੀ ਖਿਦਮਤ ਵਿੱਚ ਇੱਕ ਹੋਰ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਇਆ ਤੇ ਬੇਟੇ ਦਾ ਨਾਮ ਜਨਾਬ ਮੈਂ ਯੂਸਫ ਮੁਹੰਮਦ ਰੱਖਿਆ ਔਰ ਅਕਸਰ ਕਾਮਰਸ ਆਏ ਸੀ ਮਨੂੰ ਬੜੇ ਅੱਛੇ ਨਾਂ ਸੀ ਔਰ ਮੈਂ ਸਿਲੈਕਟ ਕੀਤਾ ਇਸਲਾਮੀ ਨਾਮ ਹੈ ਮਾਸ਼ਾਅੱਲਾ ਬਹੁਤ ਅੱਛਾ ਹੈ ਔਰ ਯੂਸਫ ਮੁਹੰਮਦ ਕਿਉਂਕਿ ਮੁਹੰਮਦ ਯੂਸਫ ਰੱਖਣਾ ਸੀ ਉਹ ਤੁਹਾਨੂੰ ਪਤਾ ਹੈ ਜਿਹੜਾ ਯੂਰਪ ਵਿੱਚ ਸਿਸਟਮ ਹੈ ਨਾ ਮਸਲਨ ਉਹ ਆਫਟਰ ਨੇਮ ਜਿਹੜਾ ਬਾਪ ਦਾ ਹੁੰਦਾ ਹੈ ਉਹ ਹੀ ਉਹ ਪਿੱਛੇ ਲਾਂਦੇ ਅੱਗੇ ਲਾਂਦੇ ਨੇ ਤੇ ਉਹ ਇਸ ਵਾਸਤੇ ਕਿ ਮੇਰਾ ਸੀ ਮੁਹੰਮਦ ਅਰਸ਼ਦ ਪਹਿਲਾ ਉਹ ਅੱਜ ਤੋਂ ਪਹਿਲਾਂ ਕੁ 18 ਕੁ ਸਾਲ ਉਨੇ ਜਿਸ ਵळे ਪਾਕਿਸਤਾਨੀ ਪਾਸਪੋਰਟ ਕਈਆਂ ਬੰਦੇ ਨੂੰ ਤੇ ਪਤਾ ਹੋਵੇ ਤਾਂ ਤੇ ਕਿਆਂ ਉਨੇ ਕਿਉਂਕਿ ਉਹ ਬੰਦੇ ਸੀ ਹੱਥ ਨਾਲ ਤੇ ਉਹ ਫਿਰ ਪਤਾ ਜੇ ਸਭ ਦਾ ਇਹ ਮੁਹੰਮਦ ਅਰਸ਼ਦ ਮੁਹੰਮਦ ਯੂਨਸ ਉਹ ਇਸ ਤਰ੍ਹਾਂ ਕਰਕੇ ਸਾਡੇ ਤੇ ਖਾਸ ਕਰ ਜਿਸ਼ੋਲੇ ਉਹ ਇੰਗਲਿਸ਼ ਵਿੱਚ ਬਣਨੇ ਨਾ ਉਹ ਫਿਰ ਉਸ ਨੂੰ ਪੁੱਛਦੇ ਸੀ ਕਿ ਤੁਹਾਡਾ ਨਾਂ ਕੀ ਹੈ ਉਹ ਫਿਰ ਨਾਂ ਅਰਸ਼ਦ ਤੇ ਆਫਟਰਨੇਮ ਮੁਹੰਮਦ ਹੋ ਗਿਆ ਉਹ ਮਸਲਨ ਅਰਸ਼ਦ ਮੁਹੰਮਦ ਤੇ ਉਹ ਹੀ ਫਿਰ سلسلہ ਚੱਲਦਾ ਆਉਂਦਾ ਤੇ ਇੱਥੇ ਵੀ ਜਨਾਬ ਉਹਨਾਂ ਨੇ ਸਾਨੂੰ ਪੇਪਰ ਭੇਜੇ ਸੀ ਘਰ ਤੇ ਉਹਨਾਂ ਨੇ ਬਕਾਇਦਾ ਉਹਦੇ ਤੇ ਨਾਮ ਲਿਖਿਆ ਸੀ ਮੁਹੰਮਦ ਤੇ ਪਿੱਛੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਿਹੜਾ ਵੀ ਰੱਖਣਾ ਭਾਵੇਂ ਜਿਤਨਾ ਵੀ ਲੰਬਾ ਰੱਖਣਾ ਇਹ ਨਹੀਂ ਕੋਈ ਉਹ ਆਪਣੀ ਤੁਹਾਡੀ ਮਰਜ਼ੀ ਤੇ ਉਹ ਫਿਰ ਅਸੀਂ ਆਖਿਆ ਚਲੋ ਸਹੀ ਹੈ ਇਸਲਾਮੀ ਪਿਆਰਾ ਨਾ ਹੈ ਤੇ ਯੂਸਫ ਹੀ ਰੱਖ ਦਿੰਨੇ ਔਰ ਮੈਂ ਵੀਡੀਓ ਥੋੜਾ ਜਿਹਾ 延迟 ਹੋ ਗਿਆ ਬਣਾਉਂਦਿਆਂ ਕਰਦੇ ਆ ਕਿਉਂਕਿ ਟਾਈਮ ਹੁਣ ਜ਼ਰਾ ਕਮ ਹੀ ਹੁੰਦਾ ਹੈ ਇਸ ਵਾਸਤੇ ਫਿਰ ਉਹ ਜਨਾਬ ਤਕਰੀਬਨ ਜਿਹੜੇ ਸਾਨੂੰ ਨਾ ਇੱਥੇ 3 ਮਹੀਨੇ ਉਹ ਦਿੰਦੇ ਨੇ ਕਿ ਅਗਰ ਤੁਸੀਂ ਨਾ ਸਿਲੈਕਟ ਕਰਨਾ ਹੈ ਨਾ ਬੱਚੇ ਦਾ ਤੇ ਤੁਸੀਂ ਰੱਖ ਸਕਦੇ ਹੋ 3 ਮਹੀਨਿਆਂ ਦੇ ਅੰਦਰ ਇਹ ਕੋਈ ਵੀ ਨਹੀਂ ਮਸਲਾ ਕਿ ਤੁਸੀਂ ਨਾ ਨਹੀਂ ਰੱਖ ਸਕਦੇ ਵਾ ਜਲਦੀ ਰੱਖਣਾ ਆ ਜਨਾਬ ਗੱਲ ਹੋਵੇਗੀ ਕੁਝ ਬੱਚਿਆਂ ਦੇ ਬਾਰੇ ਕੁਝ ਸਵਿਡਨ ਪੇਪਰਾਂ ਦੇ ਬਾਰੇ ਤੇ ਹੋਰ ਜਿਹੜੀ ਵੀ ਕੋਈ ਇਨਫਾਰਮੇਸ਼ਨ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਆ ਤੇ ਚਲਨੇ ਆ ਜਨਾਬ ਸਾਹਿਬ ਤੂੰ ਪਹਿਲਾ ਇਨਫਾਰਮੇਸ਼ਨ ਬੇਬੀ ਜਿਹੜੇ ਹੁੰਦੇ ਨੇ ਇੱਥੇ ਉਹਨਾਂ ਦੇ ਬਾਰੇ ਤੇ ਇੱਥੇ ਜਨਾਬ ਜਿਸ ਵੇਲੇ ਤੁਹਾਡੇ ਬੱਚਾ ਹੁੰਦਾ ਹੈ ਜਾਂ ਉਹ ਉਸੇ ਵੇਲੇ ਇਹਦਾ ਸੋਸ਼ਲ ਸਿਕਿਉਰਿਟੀ ਨੰਬਰ ਬਗੈਰ ਤੁਹਾਡੇ ਅਪਲਾਈ ਕਰਨ ਤੂੰ ਉਹ ਪੇਜ ਦੇ ਦਿੰਦੇ ਨੇ ਕਿਉਂਕਿ ਮਨੂੰ ਉੱਥੇ ਹਸਪੀਟਲ ਵਿੱਚ ਲੱਭ ਗਿਆ ਸੀ ਉਹ ਦਿੰਦੇ ਨੇ ਸਭ ਨੂੰ ਖੈਰ ਦਿੰਦੇ ਨੇ ਤੇ ਉਹ ਸਾਡੇ ਜਾਣਨ ਵਾਲੀ ਇੱਕ ਗ੍ਰੀਕ ਲੈਂਡ ਯੂਨਾਨ ਦੀ ਸੀ ਉਹ ਲੜਕੀ ਅੰਦਰ ਤੇ ਉਹ ਫਿਰ ਉਹਨੇ ਸਾਨੂੰ ਉੱਥੇ ਹੀ ਪ੍ਰਿੰਟ ਆਊਟ ਕਰ ਦਿੱਤਾ ਉਹ ਕਾਰ ਆਵਣ ਤੱਕ ਉਹ ਜੀ 2-4 ਦਿਨ ਦੇ ਅੰਦਰ ਆ ਜਾਂਦਾ ਇਹ ਨਹੀਂ ਕਿ ਵਾਹ ਆਮਦਾ ਨਹੀਂ ਆਇਆ ਜਾਂ ਲੇਟ ਹੁੰਦਾ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਸੀਜਰ ਜਿਹੜਾ ਹੁੰਦਾ ਹੈ ਉਹ ਬੱਚੇ ਦਾ ਨਾਂ ਹੁੰਦਾ ਹੈ ਤੇ ਫਿਰ ਕੇ ਨਾਲ ਤੁਸੀਂ ਨਾਂ ਸਿਲੈਕਟ ਕਰਨਾ ਹੁੰਦਾ ਹੈ ਉਹ ਜਿਸ ਵੇਲੇ ਆ ਜਾਂਦਾ ਇੱਥੇ ਫਿਰ ਤੁਸੀਂ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਕਿ ਉਹਨਕਿਉਂਕਿ ਸਾਡਾ ਨਾਂ ਰਜਿਸਟਰਡ ਹੋ ਗਿਆ ਇੱਥੇ ਅਸੀਂ ਹੁਣ ਅਪਲਾਈ ਕਰਨਾ ਹੈ ਅੰਬੈਸੀ ਵਿੱਚ ਇਹਦਾ ਮਸਲਨ ਫਾਰਮ ਲੈ ਕੇ ਜਾਣਾ ਹੈ ਸ਼ਨਾਖਤੀ ਕਾਰਡ ਵਾਸਤੇ ਕਿਉਂਕਿ ਜਿਹੜੇ ਬਾਹਰ ਬੱਚੇ ਪੈਦਾ ਹੁੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸ਼ਨਾਖਤੀ ਕਾਰਡ ਬਣਦਾ ਯੂਰਪ ਵਿੱਚ ਤੇ ਸ਼ਨਾਖਤੀ ਕਾਰਡ ਜਨਾਬ ਬਣੇਗਾ ਇਹਦਾ ਔਰ ਬੜੀ ਜਨਾਬ ਮਿੱਠੀ ਨਿੰਦਰੀ ਸੁਤੇ ਜੇ ਨਾਤੀਆਡ ਬਣੇਗਾ ਉਹ ਆਵੇਗਾ ਫਿਰ ਇਹਦਾ ਪਾਸਪੋਰਟ ਅਪਲਾਈ ਕਰਾਂਗੇ ਪਾਸਪੋਰਟ ਅਪਲਾਈ ਕਰਕੇ ਉਹ ਤਕਰੀਬਨ ਉਹ ਅਰਜੈਂਟ ਮੰਗਾਣਾ ਵਈ ਜਾਂ ਜਿਤਨੇ ਦਿਨ 10 15 ਲੱਗਦੇ ਨੇ ਉਹ ਉਹ ਵੀ ਕੋ ਨਹੀਂ ਹੋ ਜਾਂਦਾ ਤੇ ਉਹ ਆਵੇਗਾ ਜਨਾਬ ਤੇ ਫਿਰ ਇਹਦੇ ਮਸਲਾ ਨੈਮਿਗ੍ਰੇਸ਼ਨ ਇਸ ਜਿਹੀ ਅਪਲਾਈ ਕਰ ਦਿੱਤੇ ਨੇ ਪੇਪਰ ਔਰ ਉਹਨਾਂ ਨੂੰ ਵੀ ਪਤਾ ਹੈ ਕਿ ਪਾਸਪੋਰਟ ਜਿਸ ਵੇਲੇ ਆਇਆ ਤੇ ਫਿਰ ਇਹਦਾ ਕਾਰਡ ਬਣੇਗਾ ਤੇ ਤੇ ਇਹ ਰੂਲਸ ਹੁੰਦੇ ਨੇ ਤੇ ਤੁਹਾਡੇ ਨਾਲ ਨਾਲ ਵੀਡੀਓ ਸ਼ੇਅਰ ਕਰਨੇ ਜਨਾਬ ਬੱਚੇ ਦੇ मामੂ ਨੇ ਪਿਛੇ ਦੀ ਲੋਰੀ ਵਗੈਰਾ ਵੀ ਗਾਈ ਓਥੇ ਇੱਕ ਬਜ਼ੁਰਗ ਸੀ ਬੁਲਾ ਕੇ ਉਹਨਾਂ ਕੋਲੋਂ ਤੇ ਐ ਸੁਣੋ ਹਾਂ ਸਭ ਤੋਂ ਪਹਿਲਾਂ हां जी जनाब ਤੁਸੀਂ ਸੁਣੀ ਇਹ ਅਸਲ ਜਨਾਬ ਰਸਮਾਂ ਨੇ ਪੁਰਾਣੇ ਵਕਤਾਂ ਦੀਆਂ ਤੇ ਸਾਡੇ ਖਾਸ ਕਰ ਉਧਰ ਗੁਜਰਾਤ ਤੇਰੀਏ ਜਿase ਅਕਸਰ ਵੇਖਦੇ ਆ ਨਵੀਂ ਦਾ ਆਮਦੇ ਨੇ ਵਿਚਾਰੇ ਕਿਰਿਓ ਕਿਰਿਓ ਤੇ ਚਲੋ ਇੱਕ ਸ਼ੋਗਲ ਮੇਲਾ ਹੁੰਦਾ ਚੱਟ ਦਾ ਚੱਟ ਉਹਨਾਂ ਨੂੰ ਵੀ ਕੁਛ ਆ ਪਾਣੀ ਲੱਭ ਜਾਂਦਾ ਚੱਟ ਐਸੇ ਤਰ੍ਹਾਂ ਹੀ ਤੇ ਅੱਛਾ ਲੱਗਦਾ ਵੈਸੇ ਇਹਦੇ ਚੇ ਨਹੀਂ ਕਿ ਤੇ ਹਮਨੇ ਜਨਾਬ ਉਹਨ ਦੂਸਰੇ ਟਾਪਿਕ ਦੀ ਤਰਫ ਕਿ ਇੱਥੇ ਮਸਲਨ ਜਿਸ ਵੇਲੇ ਬੱਚਾ ਹੁੰਦਾ ਉਹਨੂੰ ਤਕਰੀਬਨ ਗਵਰਨਮੈਂਟ ਜਿਹੜੀਏ ਉਹ ਦਿੰਦੀ ਏ 1250 ਕਰੋੜ ਮਹੀਨੇ ਦਾ ਬੱਚੇ ਨੂੰ ਤੇ ਉਹ ਮਸਲਨ ਬੱਚੇ ਦੇ ਪੈਸੇ ਹੁੰਦੇ ਨੇ ਉਹਦੇ ਮਾਂ ਦੇ ਅਕਾਊਂਟ ਦੇ ਵਿੱਚ ਆਉਂਦੇ ਨੇ ਬੱਚਾ ਮਾਂ ਦੇ ਮਸਲਨ ਨਾਂ ਦੇ ਜਰੀ ਇਹ ਚੱਲਦਾ ਹੈ 16 17 ਸਾਲ ਤੱਕ ਤੇ ਬਾਕੀ ਜਨਾਬ ਜਿਸ ਵੇਲੇ ਤੁਹਾਡੇ ਇੱਥੇ ਬੇਬੀ ਹੁੰਦਾ ਹੈ ਤੁਹਾਨੂੰ 480 ਦਿਨ ਦੀਆਂ ਛੁੱਟੀਆਂ ਹੁੰਦੀਆਂ ਨੇ 480 ਦਿਨ ਤੇ ਉਹਦੇ ਵਿੱਚ 240 ਦਿਨ ਤੁਹਾਡੇ ਨੇ 240 ਦਿਨ ਤੁਹਾਡੀ ਵਾਈਫ ਦੇ ਹੁੰਦੇ ਨੇ ਉਹ ਤਕਰੀਬਨ 7 7 ਮਹੀਨੇ ਬਣ ਜਾਂਦੇ ਨੇ ਉਹ 7 ਮਹੀਨੇ ਤੁਸੀਂ ਜਨਾਬ ਕੰਮ ਤੋਂ ਛੁੱਟੀਆਂ ਕਰ ਸਕਦੇ ਹੋ ਔਰ 3 ਮਹੀਨੇ ਤੁਹਾਡੀ ਪੇ ਜਿਹੜੀ ਏ ਉਹ 80% 3 ਮਹੀਨੇ ਦੀ ਉਸ ਤੋਂ ਬਾਅਦ ਜਿਹੜੇ 2 ਮਹੀਨੇ ਕਰ ਲਵੋ ਉਹ ਏ 30% ਫਿਰ ਜਿਹੜਾ ਕੋਈ ਮਹੀਨਾ ਤੋਂ ਰਹਿੰਦਾ ਉਹ ਮਸਲਨ ਔਰ ਲੋ ਹੋ ਜਾਂਦੀ ਤੇ ਇਹ ਜਨਾਬ ਸਵੀਡਨ ਦੇ ਰੂਲਸ ਨੇ ਔਰ ਬਹੁਤ ਅੱچھے ਰੂਲਸ ਨੇ ਔਰ ਬੜਾ ਸਹੀ ਗੱਲ ਐ ਚਾ ਲੱਗਦਾ ਤੇ ਔਰ ਨਾਰਵੇ ਵਿੱਚ ਅਗਰ ਤੁਹਾਡਾ ਬੇਬੀ ਪੈਦਾ ਹੁੰਦਾ ਹੈ ਉੱਥੇ ਤੁਹਾਨੂੰ 85000 ਕਰੋਨ ਮਿਲਦਾ ਹੈ ਤੇ ਉਹ ਸਾਰੇ ਰੁਪਏ ਬਣ ਜਾਂਦੇ ਨੇ ਅੰਦਾਜ਼ਾ ਕਰੋਨ ਦਾ ਤੁਸੀਂ ਲਾਓਗੇ ਨਾ ਨਾਰਵਿਜਨ ਕਰੋਨ ਦਾ ਤੇ ਮਾਸ਼ਾਅੱਲਾ ਬੜੇ ਅੱچھے ਪੈਸੇ ਨੇ ਦੇਂਦੀ ਹੈ ਗਵਰਨਮੈਂਟ ਉੱਥੇ ਦੀ ਤੇ ਇਹ ਜਨਾਬ ਜਿਸ ਵੇਲੇ ਤੱਕ 16 ਸਾਲ ਦਾ ਨਹੀਂ ਹੋਣਾ ਤੇ ਇੱਥੇ ਨੂੰ 1250 ਕਰੋੜ ਮਿਲਨੇ ਹਾਂ ਅਗਰ ਜਿਸ ਬੰਦੇ ਦੇ ਦੋ ਬੱਚੇ ਨੇ ਅਗਰ ਤੁਸੀਂ ਪਾਕਿਸਤਾਨ ਤੋਂ ਆਉਂਦੇ ਹੋ ਜਿਸ ਦੇ ਦੋ ਬੱਚੇ ਨੇ ਉਹਨੂੰ ਉਹ ਮਸਲਨ ਦੇਣਗੇ ਥੋੜੇ ਜੇ ਹੋਰ ਜ਼ਿਆਦਾ ਪੱਤੇ ਨਜ਼ਾਰ ਕਰੋੜ ਦੇਣਗੇ ਅਗਰ ਜੀ ਦੇ ਤਿੰਨ ਬੱਚੇ ਨੇ ਉਹਨੂੰ 5000 ਅਗਰ ਜੀ ਦੇ ਚਾਰ ਨੇ ਉਹਨੂੰ 7000 ਕਰੋੜ ਮਸਲਨ 1 ਲੱਖ ਤੇ ਕੁਝ ਉਹ ਬਣਦੇ ਨੇ ਮਹੀਨੇ ਦੇ ਮਹੀਨੇ ਤੇ ਮਹੀਨੇ ਮਸਲਨ ਦੇਂਦੇ ਨੇ ਤੇ ਔਰ ਜਨਾਬ ਜਿਸ ਵੇਲੇ ਆਇਆ ਹੈ ਘਾਰ ਉਸ ਤੋਂ ਅਗਲੇ ਹਫਤੇ ਇਹਦੇ ਤੇ ਬਕਾਇਦਾ ਤੌਰ ਤੇ ਇੱਕ ਨਰਸ ਜਿਹੜੀ ਉਹ ਤਾਇਨਾਤ ਹੋ ਗਈ ਸਮਝੋ ਕਿ ਉਸੇ ਟਾਈਮ ਲੈਣਾ ਹੁੰਦਾ ਤੁਹਾਡੇ ਇੱਥੇ ਜਿਹੜਾ ਵੀ ਸਮਝੋ ਏਰੀਏ ਦੇ ਨਾਲ ਵੋਟ ਸੈਂਟਰ ਆ ਲਾਹ ਦੇ ਨੇ ਹਸਪਤਾਲ ਕਰ ਲੋ ਬੱਚਿਆਂ ਦਾ ਨਜ਼ਦੀ ਉੱਥੇ ਲੈ ਕੇ ਗਏ ਜਨਾਬ ਉਹ ਨਿਸੈਨ ਵਗੈਰਾ ਕਰਾਏ ਨੇ ਔਰ ਸਭ ਤੋਂ ਇੱਕ ਮਜ਼ੇ ਦੀ ਗੱਲ ਦੱਸਾਂ ਤੁਹਾਨੂੰ ਕਿਉਂਕਿ ਤੁਹਾਨੂੰ ਪਤਾ ਹੈ ਮੇਰੀ ਇੰਗਲਿਸ਼ ਕਿਤਨੀ ਖੁਆਈ ਹੈ ਸਭ ਤੋਂ ਮਜ਼ੇਦਾਰੀ ਗੱਲ ਹੈ ਕਿ ਇੱਥੇ ਟਰਾਂਸਲੇਟਰ ਹੁੰਦਾ ਹੈ ਆਰ ਜਗ੍ਹਾ ਤੇ ਤੁਸੀਂ ਬੁੱਕ ਕਰ ਸਕਦੇ ਹੋ ਟਰਾਂਸਲੇਟ ਔਰ ਉਹ ਬਿਲਕੁਲ ਫ੍ਰੀ ਬਸ ਨਰੇ ਨਹੀਂ ਕਿ ਤੁਸੀਂ ਉਹਦੇ ਪੇ ਕਰਨੇ ਔਰ ਦੂਸਰੀ ਗੱਲ ਹੈ ਕਿ ਉਹ ਫੋਨ ਤੇ ਹੁੰਦਾ ਹੈ ਮਸਲਨ ਡਾਕਟਰ ਨਾਲ ਸਵੀਡਿਸ਼ ਹੀ ਗੱਲ ਕਰਕੇ ਫਿਰ ਤੁਹਾਡੇ ਨਾਲ ਪੰਜਾਬੀ ਜਾਂ ਉਰਦੂ ਚੋ ਗੱਲ ਕਰਦੇ ਤੇ ਉਹ ਕੋਈ ਨਹੀਂ ਕਿ ਤੁਹਾਡੇ ਵਾ ਟ੍ਰਾਂਸਲੇਟਰ ਆਏ ਆ ਸਾਹਮਣੇ ਤੁਸੀਂ ਉਹਦੇ ਨਾਲ ਗੱਲ ਕਰ ਰਹੇ ਹੋ ਤੇ ਤੁਹਾਡੀ ਮਸਲਾਨ ਬਾਹਰ ਕਰ ਰਹੇ ਉਹ ਤੁਹਾਡੀ ਪ੍ਰਾਈਵੇਟ ਗੱਲ ਹੁੰਦੀ ਨਾ ਤੁਸੀਂ ਉਹਨੂੰ ਜਾਣਦੇ ਹੁੰਦੇ ਹੋ ਨਾ ਉਹ ਤੁਹਾਨੂੰ ਜਾਣਦਾ ਹੁੰਦਾ ਤੇ ਉਹ ਜਨਾਬ ਨਰਸਕੋਲ ਲੈ ਗਏ ਆ ਤੇ ਉਹਨੇ ਸੈਨ ਵਗੈਰਾ ਕਰਾਏ ਨੇ ਉਹਨੇ ਕਿਹਾ ਜੀ ਇਸ ਬੇਬੀ ਨੇ ਹੁਣ ਜਿਸ ਵੇਲੇ ਤਾਂ ਸਕੂਲ ਜਾਣਾ ਹੈ ਨਾ ਉਸ ਵੇਲੇ ਤਾਈ ਮੈਂ ਇਹ ਦੇਤੇ ਆ ਮਸਲਨ ਉਹਦੀ ਡਿਵਟੀ ਔਰ ਬਕਾਇਦਾ ਤੌਰ 에 ਕੋਰ ਵੀ ਗੱਲ ਯਾਦ ਰੱਖਣੀ ਸਵੀਡਨ ਦੇ ਰੂਲਸ ਬੜੇ ਸਖਤ ਵੀ ਨੇ ਅਸੀਂ ਬੱਚਿਆਂ ਨਾਲ ਕੋਈ ਜ਼ਿਆਤੀ ਨਹੀਂ ਕਰ ਸਕਦੇ ਕੋਈ ਐ ਨਹੀਂ ਕਿ ਕੋਈ ਤਫਾ ਮਾਰੋ ਜਾਂ ਪਾਕਿਸਤਾਨ ਅਕਸਰ ਪਤਾ ਹੈ ਵਿਲੇਜ ਟਾਈਪ ਵਿੱਚ ਹੋ ਜਾਂਦਾ ਹੈ ਕਿ ਤਫਾ ਥਰੋਡ ਮਾਰ ਲਈਦਾ ਕੀ ਕਰਨਾ ਪਈਏ ਉਹ ਇੱਥੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਬਿਲਕੁਲ ਪਰ ਇਹ ਇਥੇ ਕਾਮ ਗੱਲ ਕਰ ਰਹੇ ਹਾਂ ਕਿ ਕਿਸੇ ਦਾ ਦਿਲ ਨਹੀਂ ਕਰਦਾ ਆਪਣੇ ਬੱਚੇ ਨੂੰ ਮਾਰਨ ਤੇ ਬਹਰਲ ਇਨਾਂ ਦੇ ਰੂਲ ਜਿਹੜੇ ਨੇ ਇਸ ਮਾਮਲੇ 'ਚ ਉਹ ਬਹੁਤ ਸਖਤ ਨੇ। ਔਰ ਇਹਨਾਂ ਨੇ ਚੈੱਕ ਕਰਨਾ ਹੁੰਦਾ ਬੱਚੇ ਨੂੰ ਬਿਲਕੁਲ ਜਨਾਬ ਮੇਰੀ ਸਿਰ ਤੋਂ ਲੈ ਕੇ ਪੈਰਾਂ ਤੱਕ ਰਾਡੀਆਂ, ਬਾਹਾਂ, ਲੱਤਾਂ ਹਰ ਸ਼ੈ ਠੀਕ ਨੇ। ਦੁਬਾਰਾ ਆਉਣਾ ਰਵਾਲ ਕੇ ਕੋਈ ਫਰਕ ਲੱਗੇ ਹੁਣੇ ਤਾਂ ਉਹ ਜਨਾਬ ਬਕਾਇਦਾ ਤੁਹਾਨੂੰ ਆਹਣਾ ਕਿ ਆ ਕੀ ਕੀਤਾ ਇਹ ਉਹ ਔਰ ਜਿਸ ਵੇਲੇ ਤੁਹਾਡਾ ਬੇਬੀ ਵੱਡਾ ਹੁੰਦਾ ਸਮਝੋ 5-6 ਸਾਲ ਕਰ ਲੋ ਇੱਥੇ ਫੇਰ ਉਹ ਸਕੂਲ ਜਾਂਦਾ ਹੈ ਇਹ ਉਹ ਅਗਰ ਤੁਸੀਂ ਉਹਨੂੰ ਕਿਦਰੇ ਵੀ ਕੋਈ ਛੇੜਕਦੇ ਹੋ ਤਫਾ ਮਾਰਦੇ ਹੋ ਜਾਂ ਖਾਲੀ ਨਰਾਜ਼ ਹੁੰਦੇ ਹੋ ਨਾ ਉਹ ਇੱਕ ਛੋਟੀ ਜੀ ਸ਼ਿਕਾਇਤ ਕਰਦੇ ਤੇ ਤੁਹਾਨੂੰ ਉਹ ਤਿੰਨ ਚਾਂਸ ਦਿੰਦੇ ਨੇ ਪਹਿਲਾ ਚਾਂਸ ਕਿ ਹਾਂ ਜੀ ਉਹ ਤੁਹਾਨੂੰ ਬਲਾਕ ਸਮਝਾਣ ਦੇ ਔਰ ਫਿਰ ਉਹ ਵੀ ਸਾਲ ਪੂਰਾ ਤੁਸੀਂ ਜਾਣਾ ਤਰੀਖਾਂ ਸਮਝੋ ਨੀ ਜਿਕਣ ਭੁਗਤੀ ਦੀਆਂ ਆਰ ਮਹੀਨੇ ਜਾਣਾ ਔਰ ਉਹਨਾਂ ਨੇ ਬੱਚੇ ਕੋਲ ਪੁੱਛਣਾ ਹਾਂ ਜੀ ਤੇਰੇ ਬਾਬਾ ਨੇ ਤੈਨੂੰ ਫੇਰ ਤੇ ਨਹੀਂ ਕਰੇ ਆਖਿਆ ਕੋਈ ਨਰਾਜ਼ ਤੇ ਨਹੀਂ ਹੋਇਆ ਫੇਰ ਤੇ ਉਹ ਜੇਕਰ ਕਹਿ ਦੇ ਨਾ ਆ ਮਨ ਨੂੰ ਹੋਰ ਹੋਇਆ ਦੋ ਚਾਂਸ ਤੋਂ ਤੀਸਰੇ ਚਾਂਸ ਦੇ ਵਿੱਚ ਉਹ ਤੁਹਾਡੇ ਕੋਲ ਬੇਬੀ ਉਹ ਮਸਲਮ ਬੱਚਾ ਲੈ ਲੈਣਗੇ ਉਹ ਕੰਗੇ ਕਿੰਨੇ ਹੀ ਅਗਰ ਬੱਚਾ ਕਹਿ ਦੇ ਨਾ ਮੇਰੇ ਤੇ ਇੰਜ ਕਰ ਰਹੇ ਨੇ ਨਰਾਜ਼ ਹੁੰਦੇ ਨੇ ਇਹ ਉਹ ਤੇ ਮੈਂ ਨਹੀਂ ਨਾ ਰਹਿਣਾ ਚਾਹੁੰਦਾ ਤੇ ਉਹ ਜਨਾਬ ਉਹ ਸੋਸ਼ਲ ਵਾਲੇ ਤੁਹਾਡੇ ਕੋਲ ਲੈ ਲੈਂਦੇ ਕਰ ਰਹਾ ਤੇ ਮੈਂ ਗੱਲਾਂ ਕਰ ਰਿਹਾ ਨਾ ਇਸ ਤਰ੍ਹਾਂ ਹੋਇਆ ਨਹੀਂ ਐ ਬਰਅਲ ਇੱਕ ਦੋ ਚਾਂਸ ਹੋਇਆ ਇੱਕ ਦੋ ਬੰਦੇ ਦਾ ਮੈਂ ਵੀ ਜਾਣਨਾ ਜਿਹਨਾਂ ਨਾਲ ਐ ਵਾਕਿਆ ਹੋਇਆ ਸੀ ਤੇ ਉਹਨਾਂ ਨੂੰ ਬਕਾਇਦਾ 6 ਮਹੀਨੇ ਸਾਲ ਭੁਗਤਣੀ ਆ ਪੀਆ ਇਸ ਤਰੀਹਾ ਇਹ ਵੋ ਤੇ ਬਰਅਲ ਐਸੀ ਕੋਈ ਨਹੀਂ ਅੱਲਾ ਖੈਰ ਕਰਦਾ ਨੋ ਬਦਾਮ ਦੀ ਬਰਅਲ ਕੋਈ ਗੱਲਾਂ ਹੁੰਦੀਆਂ ਬੇਟਾ ਸੌਂ ਜਾ ਜਿਹੜੀਆਂ achhiyan hundiyan ne ke information jehdi bande nu hove oh deni chahidi hai ਤੇ ਬਾਕੀ ਆਪਨੇ ਜਨਾਬ ਮੈਂ ਲਾਸਟ ਵੀਡੀਓ ਬਣਾਇਆ ਸੀ ਕਿਉਂਕਿ ਫੈਮਿਲੀ ਵਾਸਤੇ ਕਾਫੀ ਚੇਂਜਿੰਗਸ ਹੋ ਰਹੀਆਂ ਨੇ ਕਾਫੀ ਜ਼ਿਆਦਾ ਚੇਂਜਿੰਗਸ ਆ ਉਹ ਵੀ ਸਾਡੀ ਲਾਪਰਵਾਹੀ ਦੀ وجہਦ ਕਿਉਂਕਿ ਸਾਡੇ ਪਾਕਿਸਤਾਨੀਆਂ ਦੇ ਕੰਮ ਥੋੜੇ ਜੇ ਪਤਾ ਜਿਸ ਤਰ੍ਹਾਂ ਹੁੰਦੇ ਨੇ ਹੁਣ ਪਹਿਲਾਂ ਅਸੀਂ ਯੂਨਾਨ ਦੀ ਦੂਸਰੀ ਤੀਸਰੀ ਐਮਬੈਸੀ ਦੀਆਂ ਗੱਲਾਂ ਕਰਦੇ ਹਾਂ ਸਾਡੀ ਸਵੀਡਨ ਵਾਲੀ ਐਮਬੈਸੀ ਵੀ ਇਤਨੇ ਇਤਨੇ ਟਾਈਮ ਲੇਟ ਦੇ ਰਹੀ ਏ ਕਿ ਇਕ ਦੋ ਦੋਸਤ ਦਾ ਫੈਮਲੀ ਦੇ ਪੇਪਰ ਓਕੇ ਹੋਏ ਨੇ ਤੇ ਉਹਨਾਂ ਨੂੰ ਪਤਾ ਕਦੋਂ ਦਾ ਟਾਈਮ ਮਿਲੇ ਨੇ 2021 ਦੇ 11ਵੇਂ ਮਹੀਨੇ ਦੇ ਨਵੰਬਰ ਦੇ ਮਸਲੇ ਨੇ ਇੱਕ ਸਾਲ ਬਾਅਦ ਦਾ ਟਾਈਮ ਮਿਲੇ ਔਰ ਜ਼ਿਆਦਾਤਰ ਇਹ ਇਹ ਕਿ ਵਾਮ ਬਗੈਰ ਐਸੇ ਤਰ੍ਹਾਂ ਹੀ ਫੋਨ ਪੀ ਕਰੇ ਦੀ ਇਹ ਪੇਪਰ ਹੈਦਰ ਓਕੇ ਨਹੀਂ ਹੋਏ ਉਧਰ ਜਾ ਕੇ ਜਨਾਬ ਮੇਰੀ ਕੋਈ ਦੇ ਕੋਈ ਕੰਮ ਤੇ ਲਿਆਜ਼ਾ ਸਭ ਤੋਂ ਬਿਹਤਰ ਤਰੀਕਾ ਹੈ ਅਗਰ ਤੁਹਾਡੇ ਹੱਥੋਂ ਪੇਪਰ ਜੂ ਹੀ ਓਕੇ ਹੁੰਦੇ ਨੇ ਤੁਸੀਂ ਟਾਈਮ ਲਵੋ ਫਿਰ ਕੇਨਾਲ ਦਾ ਅਗਲਾ ਤੁਹਾਡਾ ਫਿੰਗਰਾਂ ਦਾ ਤੇ ਉਹ ਸਾਰਾ ਆਵੇਗਾ ਪ੍ਰੋਸੀਜਰ ਹੁਣ ਕਈਆਂ ਬੰਦਿਆਂ ਨੂੰ ਸਿਰਫ ਐ ਸ਼ੱਕ ਦੀ ਬੁਨਿਆਦ ਤੇ ਫਿੰਗਰਾਂ ਵਾਸਤੇ ਨਹੀਂ ਉਹ ਜਿਵੇਂ ਵੈਸੇ ਉਹ ਕਹਿ ਰਹੇ ਨੇ ਕਿ ਇੰਟਰਵਿਊ ਦੇ ਉਹ ਆ ਕੇ ਕਿਉਂਕਿ ਐ ਮੇਰੇ ਦੋਸਤ ਜਿਹੜੇ ਉਹਦੋਂ ਵੀਡੀਓ ਬਣਾਇਆ ਸੀ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਮੌਸਮ ਦੀ ਵਜ੍ਹਾ ਤੁਸੀਂ ਕਾਫੀ ਸਾਰੀਆਂ ਗੱਲਾਂ ਕਰਨੀਆਂ ਸੀ ਜਿਹੜੀਆਂ ਰਹਿ ਗਈਆਂ ਨੇ ਤੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਬੁਲਾਇਆ ਦੋ ਮਸਲਨ ਉਹਨਾਂ ਨੂੰ ਵੀਕ ਦੇ ਅੰਦਰ ਰੱਖਿਆ ਸੀ ਕਿ ਤੁਸੀਂ ਆਵੋ ਇੱਥੇ ਆ ਕੇ ਸਾਨੂੰ ਖਾਲੀ ਇੰਟਰਵਿਊ ਦਿਵੋ ਵੱਲ ਆਲਮ ਕੀ ਸ਼ੱਕ ਹੁੰਦਾ ਹੈ ਉਹਨਾਂ ਨੂੰ ਤੇ ਉਹ ਜਿਹੜਾ ਉਹਨਾਂ ਨੇ ਆਪਣਾ ਕਰਨਾ ਤੇ ਬਾਕੀ ਰੂਲਸ ਵਾਮ ਦੀ وجہ ਤੋਂ ਕਾਫੀ ਜ਼ਿਆਦਾ ਚੇਂਜ ਹੋ ਰਹੇ ਨੇ ਇੱਥੇ ਵਾਮ ਬਹੁਤ ਜ਼ਿਆਦਾ ਆ ਰਹੀ ਜਿਹੜਾ ਤਿਆਰ ਹੈ ਉਹ ਤੇ ਅੱਛੀ ਗੱਲ ਹੈ ਕਿਉਂਕਿ ਉਹ ਸਿਸਟਮ ਵਿੱਚ ਆ ਜਾਂਦਾ ਤੇ ਜਿਹੜੇ ਭਾਈ ਲੇਟ ਆ ਰਹੇ ਨੇ ਕਿਉਂਕਿ ਉਹ مزید ਥੋੜੀ ਸਖਤੀ ਕਰ ਰਹੇ ਨੇ ਕਿ ਜਿਸ ਤਰ੍ਹਾਂ ਮੈਂ ਦੱਸਿਆ ਸੀ ਸੋਸ਼ਲ ਸਿਕਿਉਰਿਟੀ ਨੰਬਰ ਤੁਹਾਨੂੰ ਜੂਰ ਲੈਂਡ ਜਾਣਾ ਹੈ ਉਹਦੇ ਵਾਸਤੇ ਕੰਮ ਵੀ ਚਾਹੀਦਾ ਕਿਉਂਕਿ ਪੇਸਲਿਪ ਵੀ ਦੇਣੀ ਹੁੰਦੀ ਹੈ ਔਰ ਬਾਕੀ ਮੈਂ ਕਾਫੀ ਸਾਰੀਆਂ ਗੱਲਾਂ ਕੀਤੀਆਂ ਔਰ ਪਲੀਜ਼ ਪਲੀਜ਼ ਇੱਕ ਹੋਰ ਮਿਹਰਬਾਨੀ ਕਰਿਆ ਕਰੋ ਕਿਉਂਕਿ ਮੈਂ ਕੱਲ ਦਾ ਸਹੀ ਗੱਲ WhatsApp ਮੈਂ ਬੰਦ ਕਰ ਦੇਣ ਲੱਗਾ ਸੀ ਕਿਉਂਕਿ ਕਾਫੀ ਸਾਰੇ ਸਵਾਲ ਐਸੇ ਨੇ ਜਿਹੜੇ ਮੈਂ ਵੀਡੀਓ ਚ ਸਾਰੇ ਦੱਸ ਹੀ ਹੁੰਦੇ ਨੇ ਉਹ ਫੇਰ ਮਨ ਨੂੰ ਕਹਿੰਦੇ ਨੇ ਜੀ ਇਨਫੋਰਮੇਸ਼ਨ ਲੈਣੀ ਕਿ تنਹਾ ਹੈ ਦੇਰੀ ਹੋ ਤੇ ਕਿ ਕਰਨਾ ਹੈ ਤਾਂ ਆਰ ਬੰਦੇ ਦੀ تنਹਾ ਵੱਖਰੀ ਹੁੰਦੀ ਜੇ ਮੈਂ ਕੰਸਟਰਕਸ਼ਨ ਦਾ ਕੰਮ ਕਰਨਾ ਮੈਂ ਤੇ ਇੱਕ ਨਾੜੀ ਜਿਹਾ ਬੰਦਾ ਮਨੂੰ ਇੰਗਲਿਸ਼ ਵੀ ਨਹੀਂ ਆ ਕੋਈ ਨਿਆਮ ਦੀ ਔਰ ਮੇਰੀ ਤਕਰੀਬਨ ਮੈਂ ਦੱਸਿਆ 16-1700 ਮਸਲਨ ਯੂਰੋ ਕਹਿ ਲੋ ਕਰੋਨ 16-17000 ਉਹ ਮਹੀਨੇ ਦਾ ਸਾਫ ਅਗਰ 31 ਦਿਨ ਨੇ 17.5 ਵਿੱਚ ਬਣ ਜਾਂਦਾ 18 ਹਰ ਬੰਦੇ ਦੀ ਵੱਖਰੀ ਵੱਖਰੀ ਹੁੰਦੀ ਤਨਹਾ ਅਗਰ ਜਿਹੜਾ ਬੰਦਾ ਜਿਹੜੀ ਪੋਸਟ ਤੇ ਨਾ ਅਗਰ ਉਹਨੂੰ ਇੰਗਲਿਸ਼ ਅੱਛੀ ਆਉਂਦੀ ਹੈ ਉਹਦਾ ਮਸਲਨ ਕੰਮ ਦਾ ਮਾਇਰੇ ਉਹਨੂੰ ਉਸ ਸਾਹਬ ਨਾਲ ਪੈਸੇ ਮਿਲਣਗੇ ਇਹ ਨਹੀਂ ਹੁਣ ਮੇਰੀ 16-17 ਹਜ਼ਾਰ ਕਰੋੜ ਤਨਹਾ ਹੈ ਤੇ ਉਹ ਦੂਸਰੇ ਬੰਦੇ ਦੀ ਹੋ ਸਕਦਾ ਮਨ ਨੂੰ ਮੇਰੇ ਨਾਲ 2-3 ਹਜ਼ਾਰ ਕਰੋੜ ਉੱਤੇ ਹੋਵੇ ਉਹਨੂੰ 20 ਹਜ਼ਾਰ ਕਰੋੜ ਲੱਭ ਜਾਵੇ ਹਾਂਜੀ ਔਰ ਹਰ ਬੰਦੇ ਦਾ ਇਹ ਨਹੀਂ ਕਿ ਹੁਣ ਕਈ ਮਨ ਨੂੰ ਕਮੈਂਟ ਆਉਂਦੇ ਨੇ ਮੈਂ ਉਹ ਫਲਾਮ ਜਗ੍ਹਾ ਤੇ ਕੰਮ ਕਰ ਰਿਹਾ ਮੈਨੂੰ ਉੱਥੇ ਕਿਸ ਤਰ੍ਹਾਂ ਆ ਕੇ ਪੈਸੇ ਲੱਭਣਗੇ ਮੈਨੂੰ ਇਹ ਇਹ ਭਾਈ ਜਾਨ ਇੱਥੇ ਆ ਕੇ ਅਪਲਾਈ ਕਰਨਾ ਜੇ ਤੁਸੀਂ ਤੇ ਫਿਰ ਇਹ ਹੁਣ ਪਾਕਿਸਤਾਨ ਤੇ ਆਇਆ ਨਹੀਂ ਵਾ ਮੈਂ ਹੁਣ ਪਾਕਿਸਤਾਨ ਪਤਾ પેટ્રોલ ਪੰਪ ਤੇ ਲੱਗੇ ਹੋ ਤੇ ਅਖੀਰ ਸਾਡਾ ਜੀ ਵੀ ਅੜਾਲਿਆ ਉੱਥੇ ਹੋ ਜਾਂਦਾ ਇਹ ਲੋਕ ਬਹੁਤ ਅੱਗੇ ਨਿਕਲ ਗਏ ਨੇ ਸਾਡੇ ਤੂੰ ਇਹ ਕਹਿੰਦੇ ਨੇ ਅਸੀਂ ਜਿਹੜਾ ਬੰਦਾ ਹੈ ਉਹਦਾ ਖੁਦ ਇੰਟਰਵਿਊ ਕਰਾਂਦੇ ਉਹਦੇ ਮਸਲਨ ਸੀਵੀ ਲੈ ਕੇ ਵੇਖਾਂਗੇ ਕਰਾਂਗੇ ਤੇ ਫੇਰ ਅਗਲਾ ਕੰਮ ਜਿਹੜਾ ਉਹ ਸ਼ੁਰੂ ਕਰਾਂ ਤੇ ਲਿਆਦਾ ਪਲੀਜ਼ ਮੇਰੇ ਮੈਂ ਸਾਰੇ ਵੀਡੀਓ ਇਸ ਟਾਈਪ ਤੇ ਬਣਾਏ ਨੇ ਔਰ ਤੁਸੀਂ ਉਹ ਵੇਖ ਲਵਿਆ ਕਰੋ ਬਜਾਏ ਕਿ ਮੈਂ ਤੁਹਾਨੂੰ ਅਲੱਗ-ਕਈਆਂ ਬੰਦਿਆਂ ਨੂੰ ਸਹੀ ਗੱਲ ਹੈ ਮੈਂ ਖੁਦ ਕਾਲ ਕਰਨਾ ਸਮਝਾਉਣ ਵਾਸਤੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੁੰਦਾ ਤੁਸੀਂ ਕੁਝ ਬੰਦੇ ਪਾਕਿਸਤਾਨ ਤੋਂ ਕਾਲ ਕਰਦੇ ਨੇ ਮੈਂ ਆਉਣਾ ਚਾਹਨਾ ਮੈਂ ਕਿਸ ਤਰ੍ਹਾਂ ਆਇਆ ਇਹ ਉਹ ਵਿਜ਼ਿਟ ਵੀਜ਼ਾ ਦੂਸਰੇ ਕੇ ਨਾਲ ਦਾ ਸਟੱਡੀ ਵੀਜ਼ਾ ਵਿਜ਼ਿਟ ਵੀਜ਼ਾ ਅਗਰ ਤੁਹਾਡਾ ਬੈਂਕ ਬੈਲੈਂਸ ਸੱਚ ਹੈ ਤੋ ਤੁਹਾਨੂੰ ਉਸ ਬੇਸ ਤੇ ਦੇ ਦਿੰਦੇ ਨੇ ਲਿਆਜ਼ਾ ਪਲੀਜ਼ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਵੀਡੀਓ ਵੇਖ ਲਓ ਤੁਹਾਨੂੰ ਉਹਦੇ ਤੋਂ ਪਤਾ ਲੱਗ ਜਾਏ ਬਜਾਏ ਕਿ ਜਿਹੜੇ ਬੰਦੇ ਅੱਛੇ ਹੁੰਦੇ ਨੇ ਉਹਨਾਂ ਦਾ ਵੀ ਟਾਈਮ ਕੇ ਨਾਲ ਦਾ ਜ਼ਾਇਆ ਹੁੰਦਾ ਹੈ ਤੇ ਲੋ ਜੀ ਕਾਫੀ ਸਾਰੀਆਂ ਗੱਲਾਂ ਔਰ ਵੀਡੀਓ ਕਾਫੀ ਲੰਬਾ ਹੋ ਜਾਣਾ ਤੇ ਮੈਂ ਦੱਸਣਾ ਸੀ ਕਿਉਂਕਿ ਸ਼ੇਅਰ ਕਰਨਾ ਸੀ ਦੋਸਤਾਂ ਨਾਲ ਕਿਉਂਕਿ ਮਨੂੰ ਕਾਫੀ ਸਾਰੇ ਕੋਮਰ ਸਾਇਸੇ ਕੇ ਇਹ ਨਾਂ ਰੱਖੋ ਇਹ ਰੱਖੋ ਵਾ ਫਾਈਨਲੀ ਸਿਲੈਕਟ ਕੀਤਾ ਸੀ ਮੈਂ ਕਿ ਚਲੋ ਇਸ ਬਾਰੇ ਵੀ ਇੱਕ ਵੀਡੀਓ ਮੈਂ ਬਣਾ ਦਵਾਂ ਤੇ ਉਹ ਮੈਂ ਆਪਣੇ ਬੇਟੇ ਦਾ ਨਾਂ جناب ਯੂਸਫ ਮੁਹੰਮਦ ਰੱਖਿਆ ਤੇ ਬਹੁਤ ਪਿਆਰਾ ਨਾਂ ਮਨੂੰ ਲੱਗਦਾ ਹੈ ਔਰ ਸਲਾਮੀ ਨਾਂ ਤੇ ਠੀਕ ਹੈ ਜਨਾਬ ਦੁਆਵਾਂ ਜੀ ਯਾਦ ਰੱਖਿਓ ਬਹੁਤ ਜਲਦ ਨਵਾਂ ਵੀਡੀਓ ਲੈ ਕੇ ਤੁਹਾਡੀ ਖਿਦਮਤਾਂ ਤੇ ਆਜ਼ਾ ਰਵਾਂਗੇ ਰੱਬ ਸੋਨੇ ਦੇ ਵਾਲੇ